मेरे साथ दी इज्जत कखां च रोल के ते आप तू तुर पई है हैं सज्जन नहीं सस्ती नाल मना कीता साहब रन के इस घर च ओदी कोई भी ती आवे ओनू गुत्तो फड़ के काट दियो चलो निकलो इन दे पुत्ते इन्नी जिन्नी कौनी साहब इन्नी वड्डी तेरे हाथ च में होई ना ओ सारी मैं जमी है मेरे हाथ च में वड्डी हो गई तू सानू कदी भी मां की कमी महसूस नहीं आती थी तू लिखी सही इतो तक डायरेक्टर ने मेनू कहा पूरी साथ लगती है मेनू शुगर है ना चैना वालिया ने बड़ी बड़ी गोली कढ़ी है गुरदियां नूं भी नहीं पैंदी मैं समझ सकना तू मेरी शुगर हौली हौली सही कर रही है ਪਿਓ ਦੀ ਇੱਜ਼ਤ ਰੋਕ ਕੇ ਉਹਦੇ ਕਾਲੇ ਵਾਲਾਂ 'ਚ ਚਿੱਟੇ ਖੇ ਪਾਉਂਦੀ ਸੀ ਤੇ ਕੋਈ ਗੱਲ ਨਹੀਂ ਉਹਦੇ 10 ਸਾਲ ਬਾਅਦ ਵੀ ਚਿੱਟੇ ਹੋਣੇ ਸੀ ਨਾ ਤੇ ਉਹਨਾਂ ਵੀ ਤੇ ਕੀ ਹੋ ਗਿਆ ਚਿੱਟੇ ਤੁਹਾਡੇ ਵੀ ਹੋ ਗਏ ਆ ਤੁਸੀਂ ਮੰਨਦੀਆਂ ਨਹੀਂ ਹਾਂ ਸਹੀ ਕਹਿ ਰਿਹਾ ਹਾਂ ਅੱਛਾ ਨਹੀਂ ਪਰ ਹਮ ਮਾਰਨ ਨਹੀਂ ਮਾਰੀ ਬੱਚੀ ਹੁਣ ਮੈਨੂੰ ਫੜਵਾਣਾ ਹੀ ਇੰਨੀਆਂ ਤੇ ਜੱਫੀਆਂ ਲਿਖੀਆਂ ਹੀ ਨਹੀਂ ਸੀ ਜਿੰਨੀਆਂ ਤੂੰ ਭਾਈ ਜਾ ਰਹੀ ਮੈਂ ਕਿਹਾ ਚਲ ਕਮ ਸੇ ਕਮ ਤੂੰ ਈਜ਼ੀ ਹੋ ਗਿਆ ਹੈ ਈਜ਼ੀ ਹੋ ਗਿਆ ਤੁਸੀਂ ਈਜ਼ੀ ਹੁੰਦੀਆਂ ਹੋਣੀਆਂ ਭਾਈ ਸਾਡੀ ਤੇ ਜਾਨ ਤੇ ਬਣੀ ਹੁੰਦੀ ਤੁਸੀਂ ਈਜ਼ੀ ਹੋਈਆ ਹੁੰਦੀਆਂ ਅੱਛਾ ਹਾਂ ਅਸੀਂ ਈਜ਼ੀ ਕਿੱਥੇ ਹੋ ਸਕਨੇ ਆ ਤੈਨੂੰ ਪਤਾ ਹੈ ਕਦੀ ਅਸੀਂ ਕਦੀ ਕਿਸੇ ਬੰਦੇ ਵਾਲਾ ਚੁੱਕੇ ਨਹੀਂ ਵੇਖਿਆ ਹੈ ਜੀ ਕਿਸੇ ਬੰਦੇ ਵਾਲਾ ਚੁੱਕੇ ਨਹੀਂ ਵੇਖਿਆ ਉਹਨੇ ਬਾਰੇ ਮੈਂ ਲੱਤ ਚੁੱਕ ਕੇ ਵੇਖਿਆ ਹੋਵੇ ਹੈ ਕਿਹੜੀਆਂ ਤੁਸੀਂ ਏਡੀਆਂ ਤੁਸੀਂ ਮਸੂਮ ਮਸੂਮ ਆ ਸਮਝ ਆਈ ਇਹ ਤਿੰਨ ਬਾਤ ਨਹੀਂ ਤੇਰੀ ਤੂੰ ਨਹੀਂ ਪੈ ਜਾਂਦਾ ਹਜੇ ਤੂੰ ਮਸੂਮ ਆ ਤੇਰੇ ਅਰੀਆਂ ਮਸੂਮ ਥਾਣੇ ਪੂਰਾ ਬਿਆਨ ਦਿੰਦੀਆਂ ਈ ਦੂ ਨੇ ਮੇਰੀਆਂ ਲੱਤਾਂ ਫੜੀਆਂ ਦੂ ਨੇ ਫੜੀਆਂ ਬਾਵਾ ਪਈਆਂ ਮੈਂ ਵੀ ਲੋੜਾਂ ਨਾ ਸਮਝ ਆਈ ਕੀ ਹੈ ਤੂੰ ਲੋੜਾਂ ਨਹੀਂ ਲੋੜਾਂ ਐ ਕੀ ਕਹਿੰਦੇ ਯਾਨੀ ਕਿ ਲਾਹੌਰੀ ਹੋ ਤੁਸੀਂ ਹਾਂਜੀ ਜਿਵੇਂ ਅਸੀਂ ਫੈਜ਼ਲਾਬਾਦੀ ਆ ਹਾਂ ਤੇ ਤੁਸੀਂ ਤੂੰ ਲੋੜ ਉਹ ਕੀ ਉਹ ਤੇਰਾ ਭਲਾ ਪੈ ਜਾ ਹਾਂ ਕੀ ਓਆ ਉਹ ਤੂੰ ਲੋੜ ਉਹ ਯਾਰ ਤੂੰ ਸ਼ਰਮ ਕਰ ਤੈਨੂੰ ਪਤਾ ਮੇਰੀ ਰੇ ਫਸਦੀ ਮੈਂ ਸਹੀ ਤੇਰੀ ਭੈਣ ਨਹੀਂ ਫਸਦੀ ਹੋਵੇ ਮੈਂ ਕੁਛ ਨਹੀਂ ਕਹਿਣਾ ਕਿਸੇ ਨੂੰ ਠੀਕ ਹੈ ਤੂੰ ਗੱਲਾਂ ਕਰ ਸਕਣਾ ਮੈਨੂੰ ਕਰ ਸਕਣਾ ਹਾਏ 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 ਜਿੱਡੀ ਤੂੰ ਸੋਹਣੀ ਹੈ ਨਾ ਤੇਰਾ ਵਿਆਹ ਹੋਇਆ ਹੋਵੇ ਮੱਕੂਆਂ ਨੇ ਮੱਕੂਆਂ ਨੇ ਦਾ ਪਤਾ ਨਹੀਂ ਇਹ ਠੋਕੂਆਂ ਨੇ ਦੇ ਨਾਲ ਹੀ ਆ ਠੋਕੂਆਂ ਨੇ ਕਿੱਥੇ ਆ ਇਹ ਜੜਾ ਵਾਲੇ ਦਾ ਵੱਡਾ ਮੁੰਡਾ ਪਾਵਾ ਲੈਣੀ ਦਾ ਭਤੀਜਾ ਉੱਚ ਪਾਵਾ ਲੈਣੀ ਕਿੱਥੇ ਆ ਪਾਵਾ ਲੈਣੀ ਕਿੱਥੇ ਆ ਇਹ ਸ਼ੇਖਪੁਰ ਦੇ ਕੋਲ ਪਿੰਡ ਦਾ ਪਾਵਾ ਲੈਣੀ ਇਲਾ ਵਾਲੀ ਬਾਗਾਂ ਵਾਲੀ ਆਦਲਗੜ ਮਾਣੀਆਂ ਵਾਲਾ ਮੜਿਆਲਾ ਨਵਾਂ ਪਿੰਡ ਇਹ ਸਾਰੇ ਪਿੰਡ ਆ ਖਾਇਆ ਵਾਲੀ ਸਾਰੇ ਮੈਂ ਦਿਨ ਚ ਪੰਜ ਵਾਰੀ ਨਾਲੀਆ ਕਿੰਨੀ ਵਾਰੀ ਪੰਜ ਵਾਰੀ ਤੇਰਾ ਕੰਮ ਠੀਕ ਹੈ ਮੇਰੇ ਚੱਲ ਰਿਹਾ ਭਾਈ ਧੜਾ ਧੜ ਮੈਂ ਬਾਨੋ ਥੋੜੀ ਆ ਅੱਛਾ ਉਹ ਚੱਲਦਾ ਰਵੇ ਉਹ ਭੈਣ ਦੇ ਨਹੀਂ ਜੋ ਲਿਖਿਆ ਵਿੱਚ ਮੈਂ ਉਹ ਵੀ ਭੈਣ ਦੇ ਨਹੀਂ ਜੋ ਲਿਖਿਆ ਆ ਅੱਛਾ ਜੀ ਹਾਂ ਤੇ ਗਏ ਕਿਧਰ ਤੂੰ ਮੈਂ ਨਾ ਬਸ ਸ਼ਾਦੀ ਕਰ ਲਈ ਇੱਕ ਮਿੰਟ ਹੋਰ ਭਾਜੀ ਫੋਨ ਕਰ ਰਹੇ ਆ ਜਾ ਆ ਜਾ ਉਹ ਨਾਮ ਕੋ ਸੋਨਮ ਦਾ ਗਾਣਾ ਰਹਿੰਦਾ ਹੈ
ਕੌਣ ਆ ਰਹੇ ਆਪਣਾ ਆਈ ਦੱਸਿਓ ਮੈਂ ਲਸੂੜੀ ਸ਼ਾਹ ਬੈਠਾ ਖੜੇ ਨਾ ਨਾ ਜਾਈਏ ਹੋ ਗਈ ਗੱਲ ਮਿਹਰਬਾਨੀ ਸ਼ੁਕਰੀਆ ਮੈਂ ਕਰੀ ਸ਼ਾਦੀ ਟੈਲੀਫੋਨ ਬਾਹਰ ਆ ਇਹਨੇ ਆਪਣਿਆਂ ਨੇ ਜਿਹੜੇ ਨੇੜੇ ਸਨ ਉਹਨਾਂ ਨੂੰ ਦੂਰ ਕਰਤਾ ਦੂਰ ਵਾਲਿਆਂ ਨੂੰ ਨੇੜੇ ਕਰਤਾ ਆਓ ਲੈ ਓਕੇ ਆ ਨਾਲ ਹੀ ਬਾਥਰੂਮ ਆ ਮੇਰਾ ਪੁੱਤਰ ਇੱਧਰ ਹੈ ਕਹਿੰਦਾ ਬੰਦਾ ਉੱਥੇ ਫੋਨ ਖੋਲ ਕੇ ਬੈਠਾ ਹੁੰਦਾ ਮੈਂ ਕਰ ਲਈ ਸ਼ਾਦੀ ਸ਼ਾਦੀ ਹਾਂ ਇਹ ਕੀ ਕੀਤਾ ਤੇ ਕਹਿੰਦੇ ਬੰਦੇ ਨਾਲ ਕੀਤੀ ਇੱਕ ਸਾਲ ਉਹਨਾਂ ਨੂੰ ਪਤਾ ਲੱਗ ਗਿਆ ਪਹਿਲਾਂ ਦਿਲ ਦੇ ਮਰੀਜ਼ ਨੇ ਹਾਰਟ ਪੇਸ਼ੈਂਟ ਨੇ ਕੋਈ ਗੱਲ ਨਹੀਂ ਉਹਨਾਂ ਦਾ ਹਾਰਟ ਠੀਕ ਹੋਏਗਾ ਮੈਂ ਸ਼ਾਦੀ ਕੀਤੀ ਹੈ ਬੜੇ ਅਮੀਰ ਬੰਦੇ ਨਾਲ ਅੱਛਾ ਜੀ ਉਹਦੀ ਆਪਣੀ ਸ਼ਿਪਾ ਚੱਲ ਰਹੀਆਂ ਨੇ ਸ਼ਿਪਾ ਹਾਂਜੀ ਵਿੱਚ ਮੈਂ ਰਿਚ ਰਿਚ ਉਹ ਰਿਚ ਹੁੰਦਾ ਹੈ ਰਿਚ ਨਹੀਂ ਉਹ ਸਮਝ ਆ ਗਈ ਤੈਨੂੰ ਲੋਕਾਂ ਨੂੰ ਵੀ ਆ ਗਈ ਚਲੋ ਠੀਕ ਹੈ ਰੁਪਈਏ ਪੈਸੇ ਦੇਗਾ ਮੈਨੂੰ ਮੈਂ ਕਹਿੰਦੀ ਆ ਤੈਨੂੰ ਸ਼ਾਇਦ ਟਿਪ ਦੇ ਵਿੱਚ ਕੋਠੀ ਦੇ ਦੇਵੇ ਟਿਪ ਚ ਕੋਠੀ ਦੇ ਦੇਵੇ ਹਾਂ ਨਾਲ ਹੀ ਗੱਡੀ ਦੇ ਲੈਮੋਜ਼ੀਨ ਕਿਹੜੀ ਲੈਮੋਜ਼ੀਨ ਮੇਰੀ ਮਹਿਰਾਨ ਠੀਕ ਹੋ ਲੈਂਦੇ ਉਹਦੇ ਅੱਗੋਂ ਚੱਡੇ ਖੁੱਲ ਕੇ ਮੈਂ ਆ ਕੇ ਜੂਸ ਲੈ ਕੇ ਜੂਸ ਲੈ ਕੇ ਆਉਂਦਾ ਮੈਂ ਹੁਣ ਮੈਂ ਕਿ ਜਾਨ ਅਸਲਾਮ ਵਾਲੇਕੁਮ ਜਨਾਬ ਅਲੀ ਬਿਸਮਿਲਲਾ ਸ਼ਹਿਰੇ 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 ਵਾਰਸ ਪਰ ਦੋ ਨੰਬਰ ਦੋ ਨੰਬਰ ਦੋ ਨੰਬਰ ਦੋ ਨੰਬਰ ਤੈਨੂੰ ਮੈਂ ਕਹਿ ਤੇ ਸ਼ਿਪਾ ਤੇਰੀਆਂ ਚੱਲਦੀਆਂ ਇੱਥੇ ਆਹੋ ਮੇਰੀਆਂ ਸ਼ਿਪਾ ਆਹ ਉਹ ਮੇਰੇ ਕਿਨੇ ਕੀ ਬਾਹਰ ਬੱਚੇ ਚਲਦੇ ਆ ਤੂੰ ਸ਼ਿਪਾ ਨਹੀਂ ਆ ਰਹੀ ਅੱਛਾ ਹੁਣ ਤੂੰ ਚਿੰਤੀ ਤੇ ਕਹਿੰਦਾ ਮੇਰੀ ਬਿੰਦੀ ਰਹੇਗਾ ਉਹ ਤੇਰੀ ਬਿੰਦੀ ਗਾ ਨਹੀਂ ਮੈਂ ਜਾਣਦਾ ਚਿੰਨੀ ਜੋ ਮੈਂ ਆ ਸਵਾਰੀਆਂ ਲਾ ਕੇ ਤੇਰੀ ਖਾਤਰ ਮੈਂ ਆਪਣੀ ਅੱਜ ਤਰੀਕ ਜਿਹੜੀ ਅੱਧੀ ਕਰਦੀ ਆ ਤੇਰੀ ਖਾਤਰ ਮੈਂ ਤੇਰੇ ਘਰ ਆ ਗਿਆ ਮੈਂ ਪਰ ਸਵਾਰੀ ਤੇ ਜਾ ਮੈਂ ਚਿੰਤੀ ਤੇ ਜਾ ਤੇਰੇ ਦੇ ਹੱਥ ਜੋੜੀ ਮੈਂ ਬੜੀਆਂ ਬੜੀਆਂ ਛੱਡੀਆਂ ਤੇਰੇ ਵਾਸਤੇ ਤੂੰ ਕਾਹਤੋਂ ਛੱਡੀਆਂ ਮੈਨੂੰ ਦੱਸ ਮੈਂ ਛੱਡ ਦਿੰਦਾ ਤੇਰੀ ਖਾਤਰ ਮੈਂ ਆਪਣਾ ਚਿੰਤੀ ਦੀ ਦਿਹਾੜੀ ਪਾ ਲਵਾਂ ਕੋਈ ਗੱਲ ਨਹੀਂ ਤੇਰੇ ਚੱਲੇ ਚੱਲੇ ਚੱਲਦੇ 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 ਦੋ ਨੰਬਰ ਦੋ ਨੰਬਰ ਦੋ ਨੰਬਰ ਦੋ ਨੰਬਰ ਦੋ ਨੰਬਰ ਦੋ ਨੰਬਰ ਦੋ ਕਿਹਨੂੰ ਕਹਿੰਦੇ ਦੋ ਨੰਬਰ ਮੈਂ ਕਿਹਾ ਦੋ ਨੰਬਰ ਇੱਧਰ ਹਾਂ ਤੁਸੀਂ ਤੇ 100 ਨੰਬਰ ਕਹਿੰਦੀ ਸੀ ਮੇਰਾ ਆਪਾਂ ਬਾਹਰ ਗਿਆ ਬਾਅਦ ਚ ਪਤਾ ਚੱਲਿਆ ਕਿ ਜਦੋਂ ਆਇਆ
ਬਹੁਤ ਚੰਗਾ ਇਹ ਬੰਦੇ ਦਾ ਹੱਥ ਦਾ ਛੁੱਟੇ ਹੀ ਕੰਮ ਆਉਂਦਾ ਹੀ ਮੇਰੇ ਨਾ ਸਾਰੇ ਮੇਰੇ ਕਾਬਲੇ ਇਖਲਾਮ ਹੋ ਇਹ ਤਾਂ ਸਹੀ ਕਹਿ ਰਹੀ ਸੀ ਬੜੀ ਬੀਚ ਬੜੀ ਜੋ ਹੀ ਮੈਂ ਤਰਕ ਕਰਨਾ ਮਸ਼ਾਅੱਲਾ ਬਹੁਤ ਚੱਲ ਗਿਆ ਅੱਬਾ ਜੀ ਮੈਂ ਕਹਿ ਰਹੀ ਪਰਫੈਕਟ ਦਾ ਲੱਭਿਆ ਨਹੀਂ ਲੱਗ ਰਿਹਾ ਤੇ ਪਰਫੈਕਟ ਹੀ ਹੈ ਤੁਹਾਡੀ ਠੀਕ ਹੈ ਨਹੀਂ ਬੜੀ ਅੱਛੀ ਫੈਮਲੀ ਆ ਮੈਨੂੰ ਹੁਣ ਪਤਾ ਚੱਲਿਆ ਬੜੀ ਨੀਚ ਐਂਡ ਕਲੀਨ ਫੈਮਲੀ ਚਲੋ ਛੱਡੋ ਨਾ ਗੱਲਾਂ ਹੋਰੇ ਮੁੰਡਾ ਨੂੰ ਪਸੰਦ ਆ ਕੁੜੀ ਓ ਯਾਰ ਉਹ ਠੀਕ ਹੈ ਜੇ ਤੇਰੀ ਮਾਂ ਮਰੀ ਅੱਧੀ ਦੇਰ ਤੋਂ ਐ ਨਾ ਹੁੰਦਾ ਮਰ ਨਵੀਂ ਗਿਆ ਸੀ ਅੱਲਾਹ ਲਾਣਾ ਤੋਂ चप्पू फिर चलो कोई ऐसी गल नहीं पुत्र ਸਾਰੀ ਤਾਂ ਚੜਾ ਤਾਈ